ਅੰਮ੍ਰਿਤਸਰ ਦੇ ਜੇਲ੍ਹ ਵਿੱਚ ਕੈਦੀਆਂ ਤੋਂ ਮੋਬਾਈਲ ਫੋਨ ਬਰਾਮਦ ਹੋਣ ਕਾਰਨ ਕਈ ਵਾਰ ਕੈਦੀਆਂ ਵੱਲੋਂ ਸ਼ਰੇਆਮ ਜੇਲ੍ਹ ਅੰਦਰ ਵੀਡੀਓ ਬਣਾ ਵਾਇਰਲ ਕਰਨ ਅਤੇ ਨਸ਼ਾ ਆਦਿ ਮਿਲਣ ਕਾਰਨ ਅਕਸਰ ਪੰਜਾਬ ਦਾ ਜੇਲ੍ਹ ਵਿਭਾਗ ਸੁਰਖੀਆਂ ਵਿੱਚ ਰਹਿੰਦਾ ਹੈ, ਜਿਸ ਤਹਿਤ ਅੱਜ ਸੰਗਰੂਰ ਪੁਲਿਸ ਵੱਲੋਂ ਜੇਲ੍ਹ ਦੀ ਚੈਕਿੰਗ ਕੀਤੀ ਗਈ। ਹਾਲਾਂਕਿ ਪੁਲਿਸ ਨੂੰ ਕੋਈ ਵੀ ਆਪੱਤੀਜਨਕ ਵਸਤੂ ਬਰਾਮਦ ਨਹੀਂ ਹੋਈ। SP ਹਰਪ੍ਰੀਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਲ੍ਹ ਵਿੱਚ 11 ਗੈਂਗਸਟਰ ਬੰਦ ਹਨ, ਜਿਸ ਤਹਿਤ ਸਮੇਂ-ਸਮੇਂ ਜੇਲ੍ਹ ਦੀ ਚੈਕਿੰਗ ਕੀਤੀ ਜਾਂਦੀ ਹੈ। ਕਿੰਨੇ ਵਜੇ ਸਟਾਰਟ ਹੋਈ ਜਾਂ ਕਿਹੜੇ ਕਿਹੜੇ ਮੁਲਾਜ਼ਮ ਸੀ? ਇਸ ਤਰ੍ਹਾਂ ਜੀ, ਇਹ ਸਮੇਂ-ਸਮੇਂ ਸਿਰ ਸਰਕਾਰ ਦੀਆਂ ਹਦਾਇਤਾਂ ਆਉਂਦੀਆਂ ਰਹਿੰਦੀਆਂ ਨੇ ਕਿ ਜੇਲ੍ਹਾਂ ਨੂੰ ਚੈੱਕ ਕਰਨਾ ਪੁਲਿਸ ਨੇ, ਤਾਂ ਕਿ ਉੱਥੇ ਕੋਈ ਓਬਜੈਕਸ਼ਨੇਬਲ ਚੀਜ਼ ਜਿਵੇਂ ਕੋਈ ਨਸ਼ਾ, ਕੋਈ ਵੈਪਨ ਜਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਨਹੀਂ ਅਲਾਊਡ ਹੈਗੀ, ਉਹ ਜੇਲ੍ਹਾਂ ਦੇ ਅੰਦਰ ਨਾ ਹੋਵੇ। ਅਤੇ ਅੱਜ ਜਿਹੜਾ ਮੇਨ ਮਕਸਦ ਸੀਗਾ ਅੱਜ ਦੀ ਚੈਕਿੰਗ ਦਾ, ਉਹ ਸਿਰਫ ਇੱਥੇ ਇੱਕ ਗੈਂਗਸਟਰ ਬੰਦ ਰਹੇ ਸਾਡੇ ਸੰਗਰੂਰ ਜੇਲ੍ਹ ਦੇ ਵਿੱਚ, ਕਰੀਬ 11 ਗੈਂਗਸਟਰ ਇੱਕ ਬੈਰਕ ਦੇ ਵਿੱਚ ਬੰਦ ਰਹੇ। ਅੱਜ ਜਿਹੜਾ ਮੇਨ ਮਕਸਦ ਸੀ ਉਸ ਜੇਲ੍ਹ ਦੇ ਵਿੱਚ ਉਹਨਾਂ ਨੂੰ ਚੈੱਕ ਕਰਨਾ ਸੀ। ਸਰ, ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਫਰਾਰ ਵੀ ਹੋਏ ਸੀ ਦੋ ਕੈਦੀ, ਪਿੱਛੇ ਜਿਹੜੀ ਜੇਲ੍ਹ ਦੀ ਕੰਧ ਹੈ ਉਹ ਉੱਚੀਆਂ ਨਹੀਂ ਹੈਗੀਆਂ ਜੀ, ਨਾ ਤਾਰਾਂ ਉੱਚੀਆਂ ਨੇ, ਬਾਹਰੋਂ ਤਾਂ ਬਹੁਤ ਸਿਕਿਉਰਿਟੀ ਹੈ, ਅੱਗੇ ਅਗਲੇ ਪਾਸੇ ਤਾਂ ਪਿੱਛੇ ਸਿਕਿਉਰਿਟੀ ਨੇ, ਉਹ ਭੱਜ ਜਾਂਦੇ ਨਹੀਂ। ਉਹ ਇਸ ਤਰ੍ਹਾਂ ਦੇਖੋ, ਜਿਹੜਾ ਕੰਧਾਂ ਦਾ ਜਾਂ ਮਸਲਾ ਹੈਗਾ ਉਹ ਜੇਲ੍ਹ ਡਿਪਾਰਟਮੈਂਟ ਨਾਲ ਸੰਬੰਧਿਤ ਹੈ, ਸਾਡਾ ਮਸਲਾ ਜਿਹੜਾ ਸੰਬੰਧਿਤ ਉਹ ਬਾਹਰ ਦੀ ਸਿਕਿਉਰਿਟੀ ਨਾਲ ਹੈ। ਔਰ ਅਸੀਂ ਜ਼ਿਲ੍ਹਾ ਸੰਗਰੂਰ ਵੱਲੋਂ ਜਿਹੜੀ ਸਾਡੀ ਜ਼ਿਲ੍ਹਾ ਜੇਲ੍ਹ ਸੰਗਰੂਰ, ਇੱਥੇ ਮੈਕਸੀਮਮ ਸਿਕਿਉਰਿਟੀ ਜਿਹੜੀ ਰੱਖੀ ਹੋਈ ਹੈ, ਬਾਹਰ ਗੇਟਾਂ 'ਤੇ ਵੀ, ਅਗਲੇ ਪਿਛਲੇ ਔਰ ਜੇਲ੍ਹ ਦੇ ਚਾਰੇ ਪਾਸੇ। ਔਰ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਹਮੇਸ਼ਾ ਜਿਹੜੀ ਸਿਕਿਉਰਿਟੀ ਅਲਰਟ ਰਹੇ। ਔਰ ਅੱਜ ਦੀ ਜਿਹੜੀ ਇਹ ਚੈਕਿੰਗ ਸੀਗੀ, ਉਹ ਮੇਨ ਮਕਸਦ ਉੱਥੇ ਇਹੀ ਸੀ ਕਿ ਕੋਈ ਮੋਬਾਈਲ ਫੋਨ, ਕੋਈ ਨਸ਼ਾ, ਜੇ ਕੋਈ ਅੰਦਰ ਕੈਦੀ ਉਹਦਾ ਸੇਵਨ ਕਰਦਾ ਜਾਂ ਉਹ ਉਹਨੂੰ ਫੜਿਆ ਜਾਵੇ ਤਾਂ ਉਹਦੇ ਖਿਲਾਫ਼ ਐਕਸ਼ਨ ਲਿਆ ਜਾਵੇ। ਕਿੰਨੇ ਮੁਲਾਜ਼ਮ ਸੀਗੇ ਜੀ ਅੱਜ ਤੁਹਾਡੇ ਤੋਂ? ਇਹ ਨੀਅਰ ਅਬਾਊਟ 50 ਮੁਲਾਜ਼ਮ ਸੀ ਜੀ ਇਸ ਕੰਮ ਦੇ ਵਿੱਚ, ਕਿਉਂਕਿ ਥੋੜ੍ਹੇ ਏਰੀਏ ਦੀ ਸਰਚ ਸੀ। ਜਿੰਨੀਆਂ ਕੁ ਹਦਾਇਤਾਂ ਉੱਪਰੋਂ ਆਈਆਂ ਸੀ ਸੀਨੀਅਰ ਅਫਸਰਾਂ ਵੱਲੋਂ, ਉਹਦੇ ਹਿਸਾਬ ਨਾਲ ਸਰਚ ਕੀਤੀ। ਤੁਹਾਡੇ ਤੋਂ ਇਲਾਵਾ ਜੀ ਉਹ ਅਫਸਰ? ਮੇਰੇ ਤੋਂ ਇਲਾਵਾ DSP ਸਾਹਿਬ ਸੀ ਜੀ, DSP ਸ਼੍ਰੀ ਸਤਪਾਲ ਸ਼ਰਮਾ ਸੀਗੇ, ਅਤੇ ਨਾਲ SHO ਸੀ ਅਤੇ ਨਾਲ ਬਾਕੀ ਸਾਰੀ ਫੋਰਸ। ਨਹੀਂ ਜੀ, ਨਹੀਂ ਫਿਲਹਾਲ। ਸੰਗਰੂਰ ਤੋਂ ਕੁਲਬੀਰ ਨਾਮੋਲ ਦੀ ਰਿਪੋਰਟ, ਪੰਜਾਬ ਟੂਡੇ।